ਸਤਿ ਸ੍ਰੀ ਅਕਾਲ ਜੀ। ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਮਾਸਕਟ ਓਮਾਨ ਦੇ ਵਿੱਚ, ਅਤੇ ਕੱਲ੍ਹ ਵਾਲਾ ਦਿਨ ਬਹੁਤ ਸੋਹਣਾ ਗਿਆ। ਅੱਜ ਵਾਲਾ ਦਿਨ ਅਸੀਂ ਥੋੜ੍ਹਾ ਦੂਰ ਜਾ ਰਹੇ ਹਾਂ, ਕੱਲ੍ਹ ਡਰਾਈਵਿੰਗ ਘੱਟ ਕੀਤੀ ਸੀ, ਅੱਜ ਹੈ ਘੰਟੇ ਡੇਢ ਘੰਟੇ ਦੀ ਡਰਾਈਵ, ਅਤੇ ਦੇਖਦੇ ਹਾਂ ਬੀਚ ਬੂਚ 'ਤੇ ਜਾਂਦੇ ਹਾਂ, ਹੋਰ ਪਤਾ ਨਹੀਂ ਹਜੇ ਕੀ ਦੇਖਣਾ ਵੀਰੇ ਨੂੰ ਪਤਾ ਗਾ। ਮਹਿਕ ਚਲੋ ਦੇਖਦੇ ਹਾਂ ਕੀ ਆ। ਇਹ ਕਿਹੜਾ ਸਰ ਵੀਰੇ, ਵਰਕੇ ਤੋਂ ਬਾਹਰ ਨਿਕਲ ਰਹੇ ਹਾਂ? ਵਰਕੇ ਤੋਂ ਰੂਈ ਵੱਲ ਨੂੰ ਜਾ ਰਹੇ ਹਾਂ, ਮਸਕਟ ਤੋਂ। ਵਰਕੇ ਤੋਂ ਰੂਈ ਵੱਲ ਨੂੰ ਜਾਂਦੇ ਹਾਂ। ਫੁੱਲ ਵਾਓ, ਚੌਂਕ ਹੀ ਬੜਾ ਜ਼ਬਰਦਸਤ ਬਣਾ ਰੱਖਿਆ ਇਹਨਾਂ ਨੇ। ਚੌਂਕ ਦੇ ਪੂਰਾ ਜ਼ੋਰ ਲਾਇਆ ਪਿਆ ਹਨਾ। ਅੱਛਾ, ਇੱਧਰ ਫੁਹਾਰੇ ਹੁੰਦੇ ਆ। ਸਪੀਡ ਹੁੰਦੀ ਆ ਜੀ ਮੈਕਸੀਮਮ ਇੱਥੇ 120 ਦੀ ਗੱਡੀਆਂ ਦੀ, ਅਤੇ 130 ਤੋਂ ਤੱਕ ਦੱਬੀ ਤੁਰੇ ਜਾਂਦੇ ਆ। ਆਹ ਜਿਹੜਾ ਓਮਾਨ ਦਾ ਸੁਲਤਾਨ ਆ, ਰਾਜਾ ਕਿੰਗ ਆ, ਉਹਦਾ ਘਰ ਇੱਧਰ ਹੈਗਾ। ਉਹਦਾ ਸਪੈਸ਼ਲ ਰੋਡ ਆ, ਉੱਧਰ ਕੋਈ ਨਹੀਂ ਜਾ ਸਕਦਾ, ਸਿਰਫ ਆਥੋਰਾਈਜ਼ਡ ਵਹੀਕਲ ਹੀ ਜਾ ਸਕਦੇ ਆ, ਜਿਨ੍ਹਾਂ ਨੂੰ ਅਲਾਓ ਕੀਤਾ ਜਾਂਦਾ। ਉਹ ਉੱਧਰ ਕਾਫੀ ਵੱਡਾ, ਕਿੰਨੇ ਏਰੀਏ 'ਚ ਹੋਊ ਵੀਰੇ ਇਹ? ਕਿੰਗ ਮਾਨ ਦਾ, ਕਿੰਗ ਕੀ ਨਾਮ ਵੀਰੇ ਕਿੰਗ ਦਾ? ਓਕੇ, ਤਾਰੀਖ ਆ ਕੋਈ? ਸਰਕਾਰ ਨੀ ਹੁੰਦੀ ਸਰਕਾਰ, ਚਲੋ ਬਾਕੀ ਕਾਨੂੰਨ ਤਾਂ ਸਾਰੇ ਸੇਮ ਹੁੰਦੇ ਆ, ਸਰਕਾਰ ਇਹਦੀ ਹੁੰਦੀ ਆ, ਰਾਜੇ ਦੀ ਸਰਕਾਰ ਹੀ ਹੁੰਦੀ ਆ। ਹਾਂ, ਰਾਜੇ ਦੇ ਅੰਡਰ ਹੁੰਦਾ ਸਾਰਾ ਕੁਛ, ਬਾਕੀ ਕਾਨੂੰਨ ਥੱਲੇ ਉਵੇਂ ਚੱਲਦੇ ਆ, ਪੁਲਿਸ ਵਾਲੇ ਸਾਰੇ ਜੱਜ ਸਭ ਕੁਛ ਉਹ ਉਵੇਂ ਚੱਲਦੇ ਆ, ਤੇ ਪੂਰੇ ਸਖ਼ਤ ਹੁੰਦੇ ਆ, ਸਾਰਿਆਂ ਨੂੰ ਪਤਾ ਹੀ ਆ ਅਰਬ ਕੰਟਰੀਆਂ 'ਚ ਕਿੰਨੇ ਸਖ਼ਤ ਕਾਨੂੰਨ ਹੁੰਦੇ। ਓਕੇ, ਆਹ ਪਾਰਕ ਆ ਗਈ ਇੱਥੋਂ ਦੀ ਜਿੱਥੇ ਅਸੀਂ ਜਾਣਾ ਗਾ, ਜਿਹੜਾ ਦੇਖਣਾ ਯਾਰ ਹੁਣ ਤਾਂ ਚੱਕਿਆ ਜਾਂਦਾ ਮੈਥੋਂ ਕਈ ਵਾਰ ਦੇਖ ਰਹੇ। ਹਾਂ, ਸੋਹਣੀ ਪਾਰਕ ਆ, ਫੁੱਲ ਆ, ਅੰਦਰ ਜਾ ਕੇ ਬਣਾਉਣੇ ਵੀਡੀਓ ਤੇ ਉਹ ਸੇਲ ਚੌਂਕ, ਸੇਲ ਚੌਂਕ ਕਹਿੰਦੇ ਆ, ਤੇ ਕਲੌਕ ਲੱਗਿਆ ਬੜਾ ਸਾਰਾ, ਤੇ ਬਹੁਤ ਵੱਡਾ ਬਣਾਇਆ ਸਟਰਕਚਰ ਜਿਹਾ ਨਾ। ਇੱਥੇ ਚੌਂਕ ਨਾ ਬਹੁਤ ਵੱਡੇ ਵੱਡੇ ਹੁੰਦੇ ਆ, ਐ ਨੀ ਵੀ ਨਿੱਕਾ ਜਿਹਾ ਚੌਂਕ ਹੋਊਗਾ, ਨਿਊਜ਼ੀਲੈਂਡ ਵਰਗ ਲੱਗਦਾ ਗ੍ਰੀਨਰੀ ਦੇਖ ਕੇ। ਉਧਰ ਬਾਲਾ ਉਹ ਆ ਜਾਂਦਾ ਨਾ ਰਫ ਜਿਹਾ ਏਰੀਆ ਪਿੰਡਾਂ ਵਾਲੀ ਸਾਈਡ। ਬਲੌਗ ਦੇ ਵਿੱਚ ਅੱਜ ਤੇ ਪਹੁੰਚ ਚੁੱਕੇ ਹਾਂ ਪਾਰਕ ਦੇ ਵਿੱਚ, ਆ ਜਾ ਪੁੱਤ ਫੋਟੋ ਕਰਾ ਲਈਏ ਪਹਿਲਾਂ, ਚੱਲ ਅੰਦਰ ਹੀ ਕਰਾ ਲਾਂਗੇ, ਜਾਂ ਕੀ ਕਹਿੰਦੇ ਹੋ ਐਂਟਰੀ 'ਤੇ। ਉਹ ਪਿੱਛੇ ਸਾਡਾ ਬੰਦਾ ਫੋਟੋਆਂ ਖਿੱਚੀ ਜਾਂਦਾ, ਮਹਿਕ ਏ ਇਬੂ ਵੱਡਾ ਕਾਕਾ ਛੋਟਾ ਕਾਕਾ ਇਬੂ ਕੁਛ ਕਹਿਣਾ ਉਹ ਤੇ ਮੇਰੇ ਪਹਿਲਾਂ ਦੱਸ ਦੂ, ਵੀਡੀਓ ਦੇਖਦਾ ਨਾ ਮੇਰੀਆਂ ਕਦੇ ਕਦੇ, ਇਹ ਗੱਲ ਗਲਤ ਹੈਗੀ। ਪਾਰਕ ਸੋਹਣੀ ਹੈਗੀ, ਪਾਰਕ ਨਾ ਜਿਵੇਂ ਸਾਫ ਸੁਥਰੀ ਸਫਾਈ ਬਹੁਤ ਹੀ ਜ਼ਿਆਦਾ ਆਤ ਹੈਗੀ, ਵੀ ਇਹ ਨਹੀਂ ਹੈਗਾ ਕਿਤੇ ਹੁਣ ਮਾੜਾ ਜਿਹਾ ਵੀ ਲਿਫਾਫਾ, ਮਾੜੀ ਜਿਹੀ ਕੋਈ ਬੋਤਲ, ਮਾੜਾ ਜਿਹਾ ਕੁਛ ਵੀ ਮਿਲ ਜੂਗਾ। ਆਹ ਸੋਹਣਾ ਬਣਾਇਆ ਇਹਨਾਂ ਨੇ, ਅੱਡ ਅੱਡ ਸ਼ੇਪਾਂ ਜਿਹੀਆਂ ਬਣੀਆਂ ਵੀ ਜਿਵੇਂ ਡਾਇਮੰਡ ਸ਼ੇਪ ਜੀ, ਆਹ ਸਟਾਰ ਬਣੇ ਵੇ ਇੱਧਰ, ਅਤੇ ਸਾਰਾ ਡਾਊਨ ਆ।
ਸੋਹਣੀ ਜਗ੍ਹਾ ਗੀ ਪਾਰਕ ਕਾਫੀ ਵੱਡੀ ਹੈ ਜੀ ਆਸੇ ਪਾਸੇ ਪਾਣੀ ਭਰਿਆ ਹੁੰਦਾ ਸੀ ਇੱਥੇ ਪੂਰਾ ਪਹਿਲਾਂ ਕਹਿੰਦੇ ਪੈਂਡੇਮਿਕ ਚ ਆਹ ਪਤਾ ਨਹੀਂ ਕਿਵੇਂ ਤਾਜ ਮਹਿਲ ਵਰਗੀ ਚੀਜ਼ ਬਣਾਈ ਹੈ ਇਹਨੇ ਵੀਰੇ ਨੂੰ ਪੁੱਛਦਾ ਕੀ ਹੈ ਵੀਰਾ ਉੱਧਰ ਦੂਰ ਫਿਰਦਾ ਮਸਜਿਦ ਵੀ ਹੋ ਸਕਦੀ ਆ ਇੱਧਰੋਂ ਕਾਲੀ ਫੋਟੋ ਆਉਂਦੀ ਹੈ ਥੋੜ੍ਹੀ ਹਾਂ ਵਿੱਚ ਇਹਦੇ ਪੁਹਾਰੇ ਪੁਹਾਰੇ ਲੱਗੇ ਹੈ ਨਾ ਸਟੀਲ ਦੇ ਹਾਂ ਉੱਧਰ ਐਂਟਰੀ ਆ ਇਹਦੇ ਵਿੱਚ ਜਾਣ ਨੂੰ ਇਹ ਮਸਜਿਦ ਆ ਹੱਥ ਨਹੀਂ ਛੱਡਣਾ ਪੁੱਤ ਪਰ ਇਹ ਡੂੰਘਾ ਗਾ ਇਹ ਮਸਜਿਦ ਆ ਗਈ ਵੀ ਪਾਣੀ ਚ ਬਣਾਈ ਬੜੀ ਆਈਟਮ ਸੋਹਣੀ ਬਣੀ ਆ ਸਾਰੀ ਸਾਂ ਸਾਂ ਪੂਰੀ ਤਰਖਤਾਂ ਨਾਲ ਪਾਰਕ ਹੀ ਬਹੁਤ ਵੱਡੀ ਆ ਕਦੋਂ ਦੇ ਘੁੰਮੀ ਜਾਂਦੇ ਹਾਂ ਅਸੀਂ ਫਲਾਵਰ ਬਹੁਤ ਸੋਹਣੇ ਸੋਹਣੇ ਲਾਏ ਅਸੀਂ ਉੱਥੋਂ ਪਾਰਕ ਚੋਂ ਨਿਕਲੇ ਅਤੇ ਬਾਹਰ ਆ ਗਏ ਅਤੇ ਹੁਣ ਅੱਗੇ ਹੋਰ ਜਾਂਦੇ ਹਾਂ ਅੱਗੇ ਜਾ ਰਹੇ ਹਾਂ ਅੱਗੇ ਰੂਈ 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 ਵੱਲ ਨੂੰ ਅਤੇ ਪਾਰਕ 'ਚ ਮੈਮਰੀ ਜੀ ਬਣ ਗਈ ਉੱਥੇ ਖੇਡਾਂ ਸੀਗੀਆਂ ਜਿਹਨੂੰ ਕਹਿੰਦੇ ਹੁੰਦੇ ਆਪਣੇ ਝੂਲੇ ਝਾਲੇ ਸੀ ਬੱਚਿਆਂ ਦੇ ਅਤੇ ਅਸੀਂ ਸਾਰੇ ਝੂਲੇ ਲੈਣ ਲੱਗ ਗਏ ਅਤੇ ਫਿਰ ਉੱਥੇ ਉਹ ਮਲਵਾਰੀ ਆਇਆ ਮਲਵਾਰੀ ਕਹਿੰਦੇ ਹੁੰਦੇ ਅਮਾਨੀ 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 ਮਲਵਾਰੀ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਸੀ ਅਮਾਨੀ ਉਹ ਆਇਆ ਅਤੇ ਉਹ ਕਹਿੰਦਾ ਹਿੰਦੀ ਆਉਂਦੀ ਹੈ ਅਸੀਂ ਆਖਿਆ ਹਾਂ ਆਉਂਦੀ ਆ ਕਹਿੰਦੇ ਆਹ ਕੀ ਲਿਖਿਆ ਵਾ ਉੱਥੇ ਲਿਖਿਆ ਸੀ ਵੀ 14 ਸਾਲ ਤੋਂ ਜ਼ਿਆਦਾ ਉਮਰ ਦੇ ਨਹੀਂ ਖੇਡ ਸਕਦੇ ਅਤੇ ਫਿਰ ਉਹਨੇ ਲੱਸੀ ਜੀ ਕੀਤੀ ਅਤੇ ਫਿਰ ਅਸੀਂ ਉੱਥੋਂ ਤੁਰਿਆ ਹਾਂ ਹੁਣ ਅੱਗੇ ਜਾਂਦੇ ਹਾਂ ਦੇਖਦੇ ਹਾਂ ਕੀ ਕੁਛ ਮੈਕਡੋਨਲਡ ਗੱਲਾਂ ਗੱਲਾਂ ਕੀ ਹੁੰਦਾ ਵੀਰੇ ਸ਼ਹਿਰ ਦਾ ਨਾ ਇੰਡਸਟਰੀ ਏਰੀਆ ਵੱਡੀਆਂ ਵੱਡੀਆਂ ਕੰਪਨੀਆਂ ਸਾਰੀਆਂ ਇੱਥੇ ਨੇ ਗਲੋਬਲ ਇਹ ਵੀ ਸ਼ਹਿਰ ਵਧੀਆ ਸ਼ਹਿਰ ਹੈ ਇੱਥੇ ਇੰਟਰਨੈਸ਼ਨਲ ਏਅਰਪੋਰਟ ਆ ਜਿੱਥੇ ਅਸੀਂ ਉਤਰੇ ਸੀਗੇ ਅੱਜ ਹੁਣ ਫਰੰਟ ਤੋਂ ਦੀ ਨਿੰਘ ਕੇ ਆਏ ਹਾਂ ਉਹਦੇ ਆਹ ਜਿਹੜੀ ਚੀਜ਼ ਆ ਆ ਮਸਜਿਦ ਇਹ ਅਮਾਨ ਦੀ ਕਹਿ ਲਓ ਸਭ ਤੋਂ ਫੇਮਸ ਸਭ ਤੋਂ ਵੱਡੀ ਸਭ ਤੋਂ ਵਧੀਆ ਮਸਜਿਦ ਆ ਕਿੰਗ ਨੇ ਆਪ ਬਣਵਾਈ ਸੀ ਇਹ ਜਿਹੜਾ ਇੱਥੋਂ ਦਾ ਕਿੰਗ ਆ ਸੁਲਤਾਨ ਆ ਅਤੇ ਵੀਰੇ ਉਹਨਾਂ ਨੇ ਕੰਮ ਕੀਤਾ ਸੀ ਇਹ 'ਚ 1996 'ਚ ਜੇ ਉਹਦੇ ਦਾ ਕੰਮ ਚੱਲ ਰਿਹਾ ਸੀਗਾ ਤੇ ਕਹਿੰਦੇ ਬਹੁਤ ਹੀ ਜ਼ਬਰਦਸਤ ਅਤੇ ਵੱਡੀ ਮਸਜਿਦ ਆ KFC ਆ ਗਿਆ ਵਿੱਚ ਵੀਰੇ ਨੇ ਨਹੀਂ ਦੱਸਿਆ ਕਹਿੰਦਾ ਜਿੰਨੀ ਮਸਜਿਦ ਉੱਤੇ ਓਨੀ ਥੱਲੇ ਆ ਮਤਲਬ ਵੀ ਥੱਲੇ ਇੰਨਾ ਕੁ ਅੰਦਰ ਜਾਲ ਵਿਛਿਆ ਵਾ ਵੀ ਬੰਦਾ ਗੁਮਾ ਸਕਦਾ ਜਿਹਨੂੰ ਨਹੀਂ ਪਤਾ ਅੰਦਰ ਥੱਲੇ ਵੀ ਥੱਲੇ ਡੂੰਘੀ ਥੱਲੇ ਵੀ ਬਹੁਤ ਹਾਲ ਅੰਦਰ ਸਿਸਟਮ ਵੱਡਾ ਬਣਾਇਆ ਵਾ ਗਾ ਇੱਕ ਮਿੰਟ ਮਾੜਾ ਜਿਹਾ ਇੱਕ ਸੈਕਿੰਡ ਉਹ ਕੀ ਆ ਮਹਿਲ ਹੀ ਆ ਹਾਂ ਪੈਸੇ ਬਹੁਤ ਲਾਉਂਦੇ ਆ ਇੱਧਰ ਆ ਜਾਂਦੇ ਨੇ ਲੇਬਰ ਦੇ ਉਹ ਮਹਿਕਮੇ ਵਗੈਰਾ ਸਰਕਾਰੀ ਇਹ ਪਹੁੰਚ ਗਏ ਰੂਈ ਕਾਫੀ ਵੱਡਾ ਅਤੇ ਭੀੜ ਭੜੱਕੇ ਵਾਲਾ ਸ਼ਹਿਰ ਆ ਅਤੇ ਕਾਫੀ ਸੋਹਣਾ ਵੀ ਆ ਖੁੱਲ੍ਹਾ ਡੁੱਲਾ ਇੰਡੀਆ ਵਾਲੀਆਂ ਫਿਲਮਾਂ ਦੀ ਫੋਟੋ ਆ ਜਿਵੇਂ ਮੇਨ ਬਾਜ਼ਾਰ ਹੁੰਦਾ ਨਾ ਇਹਨਾਂ ਦਾ ਉਹ ਚੀਜ਼ ਹੈਗੀ ਇੱਥੇ ਦੁਕਾਨਾਂ ਦੁਕਾਨਾਂ ਅਤੇ ਘੰਟਾ ਘਰ ਹੀ ਹੈਗਾ ਪਰ ਊਂ ਇੰਨਾ ਭੀੜ ਭੜੱਕਾ ਨਹੀਂ ਹੈਗਾ ਘੰਟੇ ਘਰ ਇੱਥੇ ਜਿਵੇਂ ਪੂਰਾ ਬਾਜ਼ਾਰ ਹੈਗਾ ਜਾਣੀ ਕਿ ਹਰ ਚਾਹ ਮਿਲਦੀ ਆ ਨਾ
ਕਿੰਨੀ ਮਿਰਚ ਆ? ਮਿਰਚ ਪਾ ਦੇ ਮਾੜੀ ਜੀ ਪਾ ਲੈ ਅੱਗੀ ਆ ਮਸੜੀ ਮਿਰਚ ਖਾ ਕੇ ਦੇਖਿਓ ਮਿਰਚ ਵਾਲੀ ਟੇਸਟ ਕਰੋ ਇੱਕ ਟਰਾਈ ਯੂਟਿਊਬ ਲਈ ਭੁੱਖ ਲੱਗੀ ਸੀ ਤੇ ਫਿਰ ਅਸੀਂ ਪਲੈਨ ਬਣਾਇਆ ਵੀ ਪੀਜ਼ਾ ਖਾਂਦੇ ਹਾਂ ਇੱਥੇ ਪੀਜ਼ਾ ਇੱਦਾਂ ਦਿੰਦੇ ਹੈਗੇ ਪੀਜ਼ਾ ਹੱਟ ਤੇ ਆਂਗੇ ਹੁਣ ਨਿਊਜ਼ੀਲੈਂਡ ਵਾਲਿਆਂ ਲਈ ਡਿਫਰੈਂਟ ਫੀਲਿੰਗ ਆਊਗੀ ਉੱਦਾਂ ਸਾਡੇ ਕਈ ਪੀਜ਼ਾ ਉਹਨਾਂ 'ਚ ਦਿੰਦੇ ਆ ਪਰ ਪੀਜ਼ਾ ਹੱਟ 'ਚ ਇੱਦਾਂ ਪੀਜ਼ਾ ਨਹੀਂ ਮਿਲਦਾ ਪੀਜ਼ਾ ਮੋਟਾ ਬਹੁਤ ਦਿੰਦੇ ਆ ਸਾਡਾ ਕੁੱਕੜੂ ਉੱਧਰ ਖਾਣ ਲੱਗਿਆ ਆ ਵਾਪਸ ਜਾ ਰਹੇ ਸੀ ਕਬੂਤਰ ਓ ਹੋ ਹੋ ਕਿੰਨੇ ਕਬੂਤਰ ਇਹ ਦਾਣੇ ਦੇਣ ਆਉਂਦੇ ਆ ਹੈ ਵੀਰੇ ਇੱਥੇ ਹੈ ਨਾ ਨਹੀਂ ਉਹ ਫੀਡ ਕਰਨ ਲਾਉਡ ਨਹੀਂ ਪਰ ਉਹ ਪ੍ਰੋਗਰ ਨਾ ਕਰਦੇ ਆ ਅੱਛਾ ਇੱਥੇ ਡਰਾਈਵਿੰਗ ਰਾਈਟ ਹੈਂਡ ਹੁੰਦੀ ਆ ਅਤੇ ਕਦੇ ਕਦੇ ਮੈਨੂੰ ਭੁਲੇਖਾ ਜਿਹਾ ਪਈ ਜਾਂਦਾ ਰਹਿੰਦਾ ਇੱਕ ਵਾਰ ਤਾਂ ਮੈਂ ਸੀਟ 'ਤੇ ਹੀ ਜਾ ਕੇ ਬਹਿ ਗਿਆ ਸੀ ਉੱਧਰ ਬਾਹਰੋਂ ਬਾਹਰ ਨਿਕਲ ਜਾਂਦੇ ਆ ਕਿੰਨਾ ਇੱਕ ਗੱਲ ਦੇਖੀ ਆ ਚੱਲ ਬਾਜ਼ਾਰ ਆਪਣੇ ਵੀ ਹੁੰਦੇ ਆ ਹੋਰ ਵੀ ਹੁੰਦੇ ਆ ਨਾ ਐ ਨੀ ਹੈਗੇ ਕੋਈ ਵੀ ਲੋਕਾਂ ਚ ਲੋਕ ਵੱਜਦੇ ਫਿਰਦੇ ਆ ਜਾਂ ਬਾਹਲਾ ਹੀ ਤੰਗ ਤੇਸੀ ਆ ਰਹੀ ਆ ਸਫਾਈ ਨੀ ਹੈਗੀ ਜਾਂ ਕੁਛ ਹੋਰ ਇਕੱਠ ਹੈਗਾ ਲੋਕ ਦੁਕਾਨਾਂ ਤੇ ਖੜੇ ਆ ਪਰ ਸੋਹਣਾ ਮਾਹੌਲ ਆ ਆਹ ਮਾਨੀ ਪਹਿਰਾਵਾ ਲੇਡੀਜ਼ ਦਾ ਇੱਥੇ ਭਾਬੀ ਦੱਸਦੀ ਸੀ ਕਹਿੰਦੀ ਵੀ ਇਹ ਕਾਲੇ ਕੱਪੜੇ ਦੇ ਪੈਸੇ ਬਹੁਤ ਲਾ ਦਿੰਦੇ ਆ ਪੂਰਾ ਵਧੀਆ ਵਧੀਆ ਲੈ ਕੇ ਪਾਉਂਦੇ ਆ ਗੇ ਉਹ ਸਾਹਮਣੇ ਬਹੁਤ ਸੋਹਣਾ ਯਾਰ ਚੀਜ਼ ਇਹ ਕੀ ਆ ਕੀ ਹਵੇਲੀ ਬੋਲੀ ਨਹੀਂ ਨਹੀਂ ਇੱਥੇ ਗੱਡੀ ਰੋਕ ਕੇ ਨਾ ਇਹਦੇ ਅੰਦਰ ਦੁਕਾਨਾਂ ਨੇ ਛੋਟੀਆਂ ਛੋਟੀਆਂ ਬਹੁਤ ਅੱਛਾ ਬਾਜ਼ਾਰ ਆ ਭੀੜਾ ਬਾਜ਼ਾਰ ਕਹਿ ਲੋ ਜਿਵੇਂ ਬਾਜ਼ਾਰ ਜਿਹਨੂੰ ਕਹਿ ਦਿੰਦੇ ਆਪਾਂ ਓਕੇ ਕਈ ਆ ਨਾ ਆ ਦੇਖਾ ਸਾਰਾ ਏਟੂ ਜੇਡ ਫੁੱਲ ਬਾਜ਼ਾਰ ਆ ਇੱਥੋਂ ਗੱਡੀਆਂ ਖੜਾ ਕੇ ਜਿਵੇਂ ਨਿਹਾਲ ਵੀ ਦੁਕਾਨ ਨਿਹਾਲ ਕੀ ਕਹਿੰਦਾ ਇਹ ਭੀੜਾ ਬਾਜ਼ਾਰ ਆ ਇਹਦੇ ਅੰਦਰ ਛੋਟੀਆਂ ਛੋਟੀਆਂ ਸਾਰੀਆਂ ਮੈਨੂੰ ਇਹ ਨਹੀਂ ਪਤਾ ਮੈਂ ਕਿ ਨਿਕਲਿਆ ਕਿ ਨਹੀਂ ਬਹੁਤ ਵੀਡੀਓ ਬਣਾਈ ਆ ਮੈਂ ਰਾਹਾਂ ਦੀ ਹੁਣ ਅਸੀਂ ਇੱਧਰ ਪੋਰਟ ਤੇ ਆਏ ਆ ਬੀਚ ਤੇ ਉਧਰੋਂ ਬਣਾਉਣਾ ਵੀਡੀਓ ਜਦ ਥੋੜ੍ਹਾ ਜਿਹਾ ਪਰਲੀ ਸਾਈਡ ਨੂੰ ਹੋਏ ਸੋਹਣਾ ਬਣਦਾ ਗਰਮੀਆਂ 'ਚ ਭਾਵੇਂ ਵਧੀਆ ਔਖੇ ਹੋਈ ਜਾਂਦੇ ਹੋਈ ਪਰ ਆਹ ਟਾਈਮ ਹੁਣ ਜਿਵੇਂ ਠੰਡਾ ਠੰਡਾ ਮੌਸਮ ਹੈਗਾ ਤੇ ਸੋਹਣਾ ਉਹ ਕਿੱਡਾ ਕੀ ਹੈ ਇਹ ਵੀਰੇ ਗੇਟ ਆ ਨਾ ਅੱਛਾ ਇਕੱਲਾ ਗੇਟ ਆ ਕਿਲੇ ਵਾਂਗ ਬਣਾਉਂਦੇ ਹਨਾ ਕਿਲੇ ਵਾਂਗ ਆ ਵੀ ਇਹਦੇ ਵੀਡੀਓ ਬੜੀ ਲੰਮੀ ਹੋ ਜਾਣੀ ਅੱਜ ਦੋ ਪਾਰਟ ਕਰ ਲਈ ਆਹ ਤਾਂ ਜ਼ਬਰਦਸਤ ਏਰੀਆ ਇੱਥੇ ਕਿੰਨੇ ਲੋਕ ਤੁਰੇ ਫਿਰਦੇ ਆ ਹੈ ਮਿਊਜ਼ੀਅਮ ਆ ਤਾਂ ਦਾ ਨੈਸ਼ਨਲ ਮਿਊਜ਼ੀਅਮ ਹਾਂ ਅੱਜ ਟਾਈਮ ਹੀ ਹੈ ਨਹੀਂ ਨਹੀਂ ਦੇਖ ਕੇ ਜਾਂਦੇ ਇੱਧਰ ਨੂੰ ਬੜਾ ਇਕੱਠ ਬੰਨਿਆ ਲੋਕਾਂ ਨੇ ਇੱਧਰ ਵੀ ਹੋਊਗਾ ਸੋ ਕਿਲੇ ਹੀ ਬਣਾਇਆ ਪਿਆ ਸੀ ਕੀ ਸ਼ਹਿਰ ਉਹ ਲਾਈ ਘੁਮਾ ਦੇ ਆ ਫਿਰ ਰੌਣ ਕੋਲ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਜੇ ਦੇਖ ਲਓ ਹਾਂ ਵੇ ਲੋਕ ਇੱਥੇ ਡਰਾਈਵਿੰਗ ਕਰਕੇ ਤੇ ਉਹ ਜਾਂਦੇ ਆ ਲੱਕੀ ਦੇਖਣ ਜਾਂਦੇ ਆ ਹਾਂ ਖੜਾ ਲੱਕੀ ਸੀ ਹਲੇ ਵੀ ਰੋਟੀ ਭਾਲਦਾ ਭੁੱਖ ਲੱਗੀ ਸੀ ਚੱਲੀਏ ਮੋੜਦੇ ਆ ਫਿਰ ਹਾਂ 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 ਘੁਮਾ ਦੇ ਸਹੀ ਆ ਬਹੁਤ ਹੀ ਜ਼ਬਰਦਸਤ ਏਰੀਆ ਹਾਂ ਹਾਂ ਪਹਿਲਾ ਬੜਾ ਲਾਇਆ ਆ ਬੀਚ ਦਾ ਸੋਹਣਾ ਵਿਊ ਉਹ ਉਧਰ ਪੋਰਟ ਆਗਾ ਇਹਨਾਂ ਨੂੰ ਸਮੋਸੇ ਕਹਿੰਦੇ ਆ ਆਹ ਬਣਾ ਕੇ ਰੱਖੇ ਹੋਏ ਵੀ ਪਾਣੀ ਪੂਣੀ ਖੁਰੇ ਨਾ ਸਾਈਡਾਂ ਤੋਂ ਆਹ ਪਾਣੀ ਪੀ ਹਲਾ ਇਹ ਰੂਈ ਰੂਈ ਕੋਲ ਆ ਰੂਈ ਕੋਲ ਇਹਨਾਂ ਤੋਂ ਤਾਂ ਹੈਗਾ ਡੇਢ ਘੰਟਾ ਇਹਨਾਂ ਦੇ ਘਰ ਡਰਾਈਵ ਸੋਹਣੀ ਜਗ੍ਹਾ
ਜਮਾ ਸੈਂਟਰ ਚ ਪਾਣੀ ਡੇਗਦਾ ਹਨਾ ਸੈਡ ਹਾਂ ਲੱਗੇ ਇਸ ਬਿਲਡਿੰਗ ਦੀ ਮਿੱਠੀਆਂ ਨੀ ਲਾਈਟਾਂ ਜਗਦੀਆਂ ਰਾਤ ਨੂੰ ਸੋਹਣਾ ਵਿਊ ਬਣਦਾ ਹਾਂ ਗੁਰਦੁਆਰਾ ਇੱਥੇ ਇੱਕ ਜਗ੍ਹਾ ਦਾ ਨਾਂ ਕੀ ਹੈ ਇੱਥੇ ਰੂਈ ਤੋਂ ਬਾਹਰ ਨਿਕਲੇ ਸੀ ਨਾ ਕਾਫੀ ਜ਼ਿਆਦਾ ਤੇ ਇੱਥੇ ਗੁਰਦੁਆਰਾ ਨਵਾਂ ਗੁਰਦੁਆਰਾ ਕਹਿੰਦੇ ਇਹਨੂੰ ਨਵਾਂ ਬਣਿਆ ਹੈਗਾ ਲਾਸਟ ਈਅਰ ਤੇ ਅੰਦਰ ਚੱਲਦੇ ਹਾਂ ਗੁਰਦੁਆਰੇ ਜਾਣਾ ਬਹੁਤ ਜ਼ਰੂਰੀ ਆ ਜੇ ਆਪਾਂ ਕਿਸੇ ਵੀ ਕੰਟਰੀ ਜਾਂਦੇ ਹਾਂ ਪਤਾ ਲੱਗਦਾ ਡੋਗੀ ਡੋਗੀ ਗੱਲ ਆ ਗੱਲ ਆ ਗੱਲ ਏ ਗੱਲ ਏ ਚਾਹੇ ਵਾਹਿਗੁਰੂ ਚਲੋ ਜੀ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਹਨੇਰਾ ਹੋ ਗਿਆ ਸ਼ਾਮ ਹੋ ਗਈ ਘਰੇ ਜਾਂਦੇ ਹਾਂ ਤੇ ਫਿਰ ਮਿਲਦੇ ਹਾਂ ਅਗਲੇ ਬਲੌਗ ਬਾਏ ਬਾਏ ਬਾਏ